ਵਾਸੀਆਂ ਆਉਣਗੀਆਂ, ਸਮਾਗਮ ਹੋਣਗੇ, ਤੁਹਾਨੂੰ ਬੜੇ ਬੜੇ ਸਰੋਪੇ ਮਿਲਣਗੇ। ਆਹ ਲਿਖ ਲਓ ਜੀ 10,000, ਲਿਖ ਲਓ ਜੀ ਮੇਰਾ 15,000, ਲਿਖ ਲਓ ਜੀ 20,000। ਆਓ ਜੀ ਸਰਦਾਰ ਜੀ, ਇਹਨਾਂ ਨੂੰ ਦਿਓ ਸਰੋਪੇ। ਪਰ ਨਾਮ ਦੀ ਗੱਲ ਬਾਬਾ ਆਨੰਦ ਸਿੰਘ ਜੀ ਕਹਿੰਦੇ ਕੋਈ ਨਹੀਂ ਕਰੇਗਾ, ਕੋਈ ਨਹੀਂ ਕਰੇਗਾ ਨਾਮ ਦੀ ਗੱਲ। ਸਰੋਪੇ ਦੇਣਗੇ ਮਾਇਆ ਦੇ ਨਾਂ ਦੇ, ਵਡਿਆਈ ਦੇ ਨਾਂ ਦੇ, ਸੋਭਾ ਦੇ ਨਾਂ ਦੇ ਜੀ। ਇਹ ਫਲਾਣਾ ਬੜਾ ਬੜਾ ਗੁਰਮੁਖ ਹੈ, ਬੜਾ ਪਰਉਪਕਾਰੀ ਹੈ, ਬੜੀ ਉਹਦੀ ਸੇਵਾ ਹੈ, ਬੜਾ ਮਹਾਨ ਬੰਦਾ ਹੈ, ਬੜੀ ਸੇਵਾ ਹੈ, ਬੜਾ ਦਸਵੰਦ ਕਰਦਾ। 2.5 ਘੰਟੇ ਦਾ ਨਾਮ ਤਾਂ ਜਪਣਾ ਹੈ, ਅਤੇ ਇਸ ਤੋਂ ਬਾਅਦ ਭੇਟਾ ਦੇਣੀ ਬਾਬਾ ਜੀ ਨੂੰ ਕੀ ਤੇਰਾ ਨਿਤਨੇਮ ਹੈ। 2.5 ਘੰਟੇ ਦਾ ਤਾਂ ਤੂੰ ਆਪਦੇ ਵਾਸਤੇ ਜਪਣਾ ਹੈ, ਤੇਰਾ ਦਸਵੰਦ ਇੱਕ ਕਿਰਾਇਆ ਹੈ, ਕਿਰਾਏਦਾਰ ਨੂੰ ਕਿਰਾਇਆ ਦੇਣਾ ਜ਼ਰੂਰੀ ਹੈ। ਕਿੰਨੇ ਤੇਰਾ ਸਰੀਰ ਬਣਾਇਆ, ਅੱਖ ਨੱਕ ਕਿੰਨੇ ਬਣਾਏ, ਸੁੱਖ ਕਿੰਨੇ ਦਿੱਤੇ, ਹਵਾ ਕਿੰਦੀ, ਪਾਣੀ ਕਿੰਦਾ, ਧਰਤੀ ਕਿੰਦੀ ਹੈ, ਉਹਦੇ ਘਰ ਦਾ ਕਿਰਾਇਆ ਨਹੀਂ ਦੇਗਾ। ਹਵਾ ਪਾਣੀ ਬਿਜਲੀ ਦਾ ਬਿੱਲ ਦੇਣਾ ਪੈਂਦਾ ਭਾਈ, ਪਾਣੀ ਦੇ ਬਿੱਲ ਦੇਣਾ, ਸਾਰੇ ਬਿੱਲ ਦੇਣਾ। ਨਹੀਂ ਕਿਰਾਇਆ ਦੇਗਾ ਤੇ ਫਿਰ ਉਹ ਡਾਡਾ ਬੜਾ ਹੀ ਕਿਰਾਏ ਲੈਣ ਵਾਲਾ, ਉਹ ਬੜੀ ਬੁਰੀ ਕਰੇਗਾ। ਤੇਰਾ ਸਮਾਨ ਵੀ ਕੱਢ ਕੇ ਬਾਹਰ ਮਾਰ ਸਕਦਾ, ਕਿਵੇਂ ਮਾਰੇਗਾ, ਤੇਰੇ ਸੁੱਖ ਖੋੜੇਗਾ ਨਾ। ਤੈਨੂੰ ਉਹਦੀ ਧਰਤੀ ਦਾ ਸੁੱਖ, ਨਾ ਉਹਦੇ ਪਾਣੀ ਦਾ ਸੁੱਖ, ਨਾ ਉਹਦੀ ਹਵਾ ਦਾ ਸੁੱਖ, ਤੂੰ ਦੁਖੀ ਹੋਏਗਾ, ਸੁੱਖ ਤੈਨੂੰ ਕਿੱਥੋਂ ਆ ਜਾਣਗੇ। ਜੇ ਉਹਦੀ ਹਵਾ ਦਾ, ਉਹਦੀ ਧਰਤੀ ਦਾ, ਉਹਦੇ ਪਾਣੀ ਦੇ, ਉਹਦੇ ਸੰਗੀ ਸਾਥੀ ਮਿੱਤਰਾਂ ਭੈਣ ਭਾਈਆਂ ਦੇ ਸੁੱਖ ਲੈਣੇ ਤੇ ਰੱਬ ਦਾ ਕਿਰਾਇਆ ਦੇ, ਨਹੀਂ ਤਾਂ ਸੁੱਖ ਖੋਲੇਗਾ ਤੂੰ ਲਗਾ ਫਿਰ ਰਹੇਗਾ ਘਰ ਵਿੱਚ, ਰਹੇਗਾ ਦੁਖੀ। ਬਿਜਲੀ ਪਾਣੀ ਦੇ ਕਨੈਕਸ਼ਨ ਕੱਟ ਦਿੰਦੇ ਆ ਜਦੋਂ ਕਿਰਾਏਦਾਰ ਕਿੰਨਾ ਘਰ ਵਿਹਲਾ ਕਰਨ, ਕਨੈਕਸ਼ਨ ਕੱਟ ਦਿੰਦੇ ਆ, ਅਤੇ ਰੱਬ ਵੀ ਕਨੈਕਸ਼ਨ ਕੱਟ ਦੇਗਾ ਤੇਰੇ ਸੁੱਖਾਂ ਦੇ। ਪਾਣੀ ਕਿਉਂ ਜ਼ਹਿਰ ਵਾਲੇ ਆ ਰਹੇ ਨੇ, ਪਾਣੀ ਕਿਉਂ ਮਾੜੇ, ਪੀਣ ਦੇ ਲਾਇਕ ਨਹੀਂ ਇਹ ਧਰਤੀ ਦੇ ਪਾਣੀ, ਤੁਸੀਂ ਪੀ ਕੇ ਬਿਮਾਰ ਹੁੰਦੇ ਜੀ। ਹਵਾ ਸੁੱਖ ਵਾਲੀ, ਸਾਰੇ ਸੁੱਖ ਵਾਲੀਆਂ ਚੀਜ਼ਾਂ ਜ਼ਹਿਰੀਲੀਆਂ ਕਿਉਂ ਹੋ ਗਈਆਂ? ਜਿਹੜਾ ਤੂੰ ਨਾਮ ਜਪਿਆ ਨਾ ਉਹਦੇ ਨਾਲ ਜ਼ਹਿਰੀਲੀਆਂ ਹੋ ਗਈਆਂ, ਜਿਹੜੀ ਤੂੰ ਬੰਦਗੀ ਕੀਤੀ ਹੈ ਨਾ। ਜੇ ਬੰਦਗੀ ਕਰਦਾ ਇਹਨਾਂ 'ਚ ਜ਼ਹਿਰ ਕਿੱਥੋਂ ਆਵੇ? ਜਿਹਨੇ ਸੁੱਖ ਦਿੱਤੇ ਉਹ ਜ਼ਹਿਰ ਕਿਉਂ ਪਾਵੇ ਵਿੱਚ? ਹੈ ਹੀ ਨਹੀਂ, ਕੋਈ ਖਬਰ ਹੀ ਨਹੀਂ, ਬੇਖਬਰ ਹੈ ਇਨਸਾਨ। ਜੇ ਪੁੱਛੋ ਤੇ 4-5 ਜਿੰਨਾ ਕਿਹਾ ਜੀ ਅਸੀਂ ਬਾਬਾ ਜੀ ਦੀ ਬਰਸੀ ਵਾਸਤੇ ਪਾਠ ਕੀਤੇ ਆ, ਕਰਵਾਏ ਨੇ, ਲਿਖਾਵਾਂਗੇ। ਬਾਬਾ ਜੀ ਕਹਿੰਦੇ ਤੁਸੀਂ ਕਾਹਦੇ ਸੰਗੀ ਸਾਡੇ? ਸੰਗੀ ਉਹ ਹੈ ਜਿਹੜਾ ਨਾਮ ਜਪੇ, ਦੂਜਾ ਤਾਂ ਸੰਗੀ ਡੋਬੇਗਾ ਸਾਨੂੰ ਫੜ ਕੇ। ਜੋ ਸੰਗੀ ਹੈ ਤੇਰੋ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ, ਕਿਵੇਂ ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ। ਮੇਰੇ ਗੁਰੂ ਤੇਗ ਬਹਾਦਰ ਕਹਿੰਦੇ ਮੰਨ ਲਾ ਮੇਰੀ,
भाई कहा मानदा मेरा मेरा मानदा मैं की कह रहा गुरु तेग बहादुर कहे ओ मान ले मेरो सुख में बहुत संगी पे पड़े सुख में दुख में सुख में बहुत संगी पहे दुख में संग नाम पढ़ो हाँ पढ़ो तब कहो नानक हर पज मना अंत सहाई हो बाबा खेम सिंह जी की कापी पी साढ़े को जिंद बाबा जी आपकी रोज का नितनेम लिखते सी आपका नितनेम करके ना जिन्ना उपर होना ये बाबा जी की भेटा बाबा जी की भेटा इनिया माला इन्ने सुरमणी देने जपजी के दे पाठ बरसी तक लिख लिख के बाबा जी लियादे सी कि जद मेरिया कापियां खोल के वेखणगे ना इन्हों थोड़ी जी अकड़ आएगी उन्होंने बाबा जी की भेटा देने वास्ते पाठ लिखाए भी इन्ने सुखमणी दे इन्ने जपजी साहब दे रोज इन माला जो संगी है मेरो गुरु तेग बहादुर साहब कहते जे तुसी मेरे संगी जेना पड़े हर जस रे मणागा हर जस रे मणागाए लै जो संगी है तेरो अवसर भी हो जात है समान लग जाने ये नहीं हथ होना जेड़े दिन लंघ के आ जाएंगे तेरे जेड़े श्वास लंघे आने वापस तू अवसर समय को आ रहा है ओ पाई अवसर भी हो जात है बोलो जान बो
जिन्नी बाणी पढ़ लो नौवीं थां ते होए बड़ियां लानता पाईयां ते जदों जान लगे सचखंड नूं ते पूरियां लानता पाईयां बंदे नूं पाई तू की करदा फिरदा ते इसों नाम नहीं जपिया जांदा बाणी नहीं पढ़ी जांदी नौवें सारा गुरु ग्रंथ साहिब पढ़ लो सुन लो फिर आएगी अखीर ते नौवें पातशाह दे श्लोकां दे भोगतां नूं लानता पैणगियां बाबा कबीर जी फरीद जी मूँह ते चपेड़ा मारन के बंदिया तू करदा की फिरदा पर असी समझण वाले नहीं असी मिट्टी ओ होई साडे ते असर ही नहीं कोई ते ताइयों सब कुछ खराब हो रहा है रब नाराज हो रहा है रोप हो रहा है सुख देने वाला सुख ता ही देगा जे तू नाम जपेगा बाणी पढ़ेगा सारी सुन लो जिन्हें भी जे जेडे टीवी चैनल ते बैठे अज पूर्णमाशी अज नाम दा ही होका नानक सर हुंदा है अज आवाज ही नाम दी आउंदी है बाबा जी झोली अड़ के नाम ही मंगदे सी रात नवीन कल्लू आए और नाम दी धारना लाउंदे सी एक नाम कहिंदे नहीं तेरे रुपये उगड़े और नहीं तेरा सोना चांदी उगड़ा ये सब अहंकार दा लिबड़िया होएगा जिहड़ी तू मैल ला ला के देना है तेरी फुटनी नहीं है एक नाम इको नाम ही बीजिया हरा आना है बन ला रब नू सोने चांदी नाल रब बन ला रब नू पैसिया दे नाल माया नाल गुटिया दे के खुश करनी ना तू आवे बस बहुत घनावने ना तू आवे बस वेद पढ़ावने कराई जाओ पाठ आप ही नहीं करने तो फायदा की है पढ़ाई जो पोथियां ते आप इधर उधर भजे फिरिया जी आपदी पोथी सुलझाड़ो सिमरत वेद पुराण पुकारन सिमरत वेद पुराण पुकारन सिमरत वेद पुराण